ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ ਸਿਲਸਿਲੇ ਨੂੰ ਤੋਰਦੇ ਹਾਂ ਅੱਗੇ ਕੇਂਦਰ ਸਰਕਾਰ ਦੇ ਨਵੇਂ ਫੈਸਲਿਆਂ ਨੇ ਲੋਕਾਂ ਤੇ ਦੋਹਰੀ ਮਾਰ ਮਾਰੀ ਹੈ ਜਿਹਾਂ ਪੈਟਰੋਲ ਡੀਜ਼ਲ ਤੋਂ ਬਾਅਦ ਟੋਲ ਦੇ ਰੇਟਸ ਦੇ ਵਿੱਚ ਵੀ ਇਜ਼ਾਫਾ ਕਰ ਦਿੱਤਾ ਗਿਆ ਅੱਜ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇ ਆਫ ਇੰਡੀਆ ਵੱਲੋਂ ਟੋਲ ਦੇ ਰੇਟ ਵਧਾ ਦਿੱਤੇ ਗਏ ਨੇ ਜੀ ਹਾਂ ਟੋਲ ਟੈਕਸ ਦੇ ਰੇਟ ਵਧਾਏ ਗਏ ਨੇ ਜਿਸ ਦੇ ਨਾਲ ਆਮ ਆਦਮੀ ਦੀ ਜੇਬ ਤੇ ਵਾਧੂ ਬੋਝ ਪੈ ਰਿਹਾ ਲੋਕ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਡਾਢੇ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕੁਝ ਤਸਵੀਰਾਂ ਹਨ ਪਠਾਨਕੋਟ ਮੋਗਾ ਅਬੋਹਰ ਅਤੇ ਹੁਸ਼ਿਆਰਪੁਰ ਦੇ ਟੋਲ ਪਲਾਜ਼ਿਆਂ ਦੀਆਂ ਜਿੱਥੇ ਰੋਜ਼ਾਨਾ ਵਰਗੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਪਰ ਲੋਕਾਂ ਨੇ ਖੂਬ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਤੇ ਕੇਂਦਰ ਸਰਕਾਰ ਕੋਲੋਂ ਟੋਲ ਟੈਕਸ ਘਟਾਉਣ ਦੀ ਮੰਗ ਵੀ ਕੀਤੀ ਹਾਲਾਂਕਿ ਸਭ ਵਿਚਕਾਰ ਟੋਲ ਦੇ ਇੰਚਾਰਜਸ ਨੇ ਕਿਹਾ ਕਿ ਨੈਸ਼ਨਲ ਹਾਈਵੇ ਆਫ ਇੰਡੀਆ ਵੱਲੋਂ 2 ਸਾਲਾਂ ਬਾਅਦ ਟੋਲ ਦੇ ਰੇਟ 'ਚ ਇਜ਼ਾਫਾ ਕੀਤਾ ਗਿਆ ਜੋ ਕਿ ਜਾਇਜ਼ ਹੈ ਲੋਕਾਂ ਦੇ ਉੱਪਰ ਲਗਾਤਾਰ ਮਹਿੰਗਾਈ ਦੀ ਮਾਰ ਜ਼ਰੂਰ ਪੈ ਰਹੀ ਹੈ ਪੈਟਰੋਲ ਮਹਿੰਗਾ ਡੀਜ਼ਲ ਮਹਿੰਗਾ ਘਰੇਲੂ ਗੈਸ ਮਹਿੰਗੀ ਟੋਲ ਪਲਾਜ਼ਾ ਦੇ ਉੱਪਰ ਟੈਕਸ ਵੀ ਹੁਣ ਹੋਰ ਜ਼ਿਆਦਾ ਵੱਧ ਚੁੱਕਿਆ टोल प्लाजा बद गए डीजल पेट्रोल के दाम बद गए तो डीजल पेट्रोल के दाम बद गए तो महंगाई हर चीज़ के दाम बधेंगे बधेंगे ये कोई डाउट नहीं है पब्लिक बहुत ही परेशान है बहुत बद गए सर हर पखों बद गए 25-30 रुपये का फर्क पाता है फिर इन्होंने वो बाद देखो ना नैश इन्हों का सेंटर का की है भी गरीबी हटाओ गरीबी नहीं हटाओ गरीबी हटा दो इट इज़ नॉट पॉसीबल कि एक बंदा सॉरी जिन्हें आना हो जाना हो तुसी टूल देख देखो तुसी ਵੀ ਕੀ ਹਾਲਾਤ ਨੇ ਇਹਨਾਂ ਦੇ ਵੀ ਜੇ ਹਰ ਚੀਜ਼ ਵਧਾ ਦਿੱਤੀ ਇਹਨਾਂ ਨੇ ਇਹਦੇ ਬਾਰੇ ਇਹੋ ਭਾਈ ਟੋਲ ਚੁਕਾਉਣੇ ਚਾਹੀਦੇ ਉੱਧਰੋਂ ਇੰਨਾ ਡੀਜ਼ਲ ਰੇਟ ਵੱਧ ਆ ਉੱਧਰੋਂ ਟੋਲਾਂ ਤਸੱਲੀ ਕਰਾਈ ਦੀ ਆ ਮਾੜੇ ਮੋਟੇ ਬੰਦੇ ਦੇ ਵੈਸੇ ਗੱਡੀ ਵਿਕਣ ਦੇ ਆ ਗਈ ਆ ਲੱਗਦਾ ਆਮ ਲੋਕਾਂ ਤੇ ਵੀ ਮਾਰ ਪਊਗੀ ਇਹ ਮਾੜੇ ਜਿਹੇ ਗਰੀਬ ਲੋਕਾਂ ਤੇ ਜ਼ਿਆਦਾ ਮਾਰ ਹੈਗੀ ਆ ਮੱਧ ਵਰਗੀ ਗੱਡੀਆਂ ਜਿਹੜੇ ਲੋਕ ਤੇ ਉਹਨਾਂ ਤੇ ਕਾਫੀ ਅਸਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਮੇਰੇ ਕੋਲ ਖੁਦ ਆਪਣੀਆਂ 3 ਗੱਡੀਆਂ ਮੈਂ 2 ਵੇਚ ਕੇ ਤੇ 1 ਰੱਖੀ ਆ ਇਹ ਵੀ ਵੇਚਣ ਨੂੰ ਤਿਆਰ ਆ ਟੋਲਾਂ ਕਰਕੇ ਹਲਤਾ ਇਹ ਕਿਉਂਕਿ ਪਹਿਲੇ ਇਹ ਤਾਂ ਟੋਲ ਤਾਂ ਵੈਸੇ ਹੀ ਨਜਾਇਜ਼ ਹੈ ਟੋਲ ਤਾਂ ਲੱਗਣੇ ਨਹੀਂ ਚਾਹੀਦੇ ਕਿਉਂਕਿ ਆਲਰੇਡੀ ਟੋਲ ਰੋਡ ਟੈਕਸ ਤਾਂ ਪਹਿਲੇ ਰਿਸੀਵ ਕਰ ਲੈਂਦੀ ਹੈ ਗਵਰਨਮੈਂਟ ਤਾਂ ਇਹ ਤਾਂ ਨਜਾਇਜ਼ ਲੋਟਾਂ ਪਹਿਲੀ ਬੰਦ ਹੋਣੀ ਚਾਹੀਦੀ ਹੈ